जी सारिआं नूं सारिआं दा वैलकम आ जी। होल वर्ल्ड दे विच वसदे पंजाबीआं नूं प्यार सतिकार भरी सति श्री अकाल आ। ते अज मैं तुहानूं जिहड़ी स्टोरी सुणाउणा जिहड़ा जॉर्ज फ्लॉयड नाम दा जिहड़ा अमेरिका दे विच बहुत वड्डे जिहड़े प्रोटेस्ट किए जा रहे हैं, है ना, काले लोगों वल्लों विरोध किए गए ने, बहुत ज़्यादा जिहड़ा हालात खराब करे इन्होंने, उहदी मैं तुहानूं सारी स्टोरी दस्सदा वी इहदा सीन की आ बंदे दा। ठीक है, तो शुरू कर दो। सब तो पहला जी गल करा तो जिहड़े काले लोग आ, गोरे लोग आ, या गोरे ने या काले ने, इन्हां दे विच इह जिहड़ी चीज़ आ इक दू जिहड़े ਇਹ ਕਾਫੀ ਪੁਰਾਣੇ ਟਾਈਮ ਤੋਂ ਅਮਰੀਕਾ ਦੇ ਵਿੱਚ ਵੀ ਜਿਹੜੇ ਕਾਲੇ ਲੋਕ ਆ ਉਹ ਗੋਰਿਆਂ ਨਾਲ ਲੱਗਦੇ ਜਿੱਦਾਂ, ਜਾਂ ਗੋਰੇ ਕਾਲਿਆਂ ਨਾਲ, ਹੈ ਨਾ, ਇਹ ਪੁਰਾਣੀ ਚੀਜ਼ ਆ। ਬਹੁਤ ਸਾਰੇ ਲੋਕ ਚੰਗੇ ਵੀ ਹੈਗੇ ਨੇ, ਹੈ ਨਾ, ਜ਼ਰੂਰੀ ਨਹੀਂ ਵੀ ਸਾਰੇ ਹੀ, ਜਿੱਦਾਂ ਹਰੇਕ ਜਗ੍ਹਾ 'ਤੇ ਕੋਈ ਲੋਕ ਚੰਗੇ ਵੀ ਹੁੰਦੇ ਆ, ਕੁਝ ਮਾੜੇ ਵੀ ਹੁੰਦੇ ਆ। ਇੱਦਾਂ ਹੀ ਪੁਲਿਸ ਦੇ ਨੇ ਵਿੱਚ, ਜਿੱਦਾਂ ਪੁਲਿਸ ਵਾਲਿਆਂ ਨੇ ਇਹਨਾਂ ਦਾ ਇੱਕ ਬੰਦਾ ਜਿਹੜਾ ਉਹਦੀ ਡੈਥ ਹੋ ਜਾਂਦੀ ਹੈ ਜਦੋਂ ਉਹਨੂੰ ਉਹ ਫੜਦੇ ਨੇ, ਤੁਹਾਨੂੰ ਉਹਦੀ ਸਾਰੀ ਸਟੋਰੀ ਸੀਨ ਜਿਹੜਾ ਦੱਸਦਾ। ਪਹਿਲਾਂ ਕੀ ਗੱਲ ਕੀ ਹੁੰਦੀ ਹੈ, ਜਿਹੜਾ ਜੌਰਜ ਫਲੋਇਡ ਨਾਂ ਦਾ ਜਿਹੜਾ ਇਹ 46 ਈਅਰ ਦਾ ਬੰਦਾ ਜਿਹੜਾ, ਇਹ 6 ਫੁੱਟ ਤੋਂ ਉੱਪਰ ਜਿਹੜੇ ਬੰਦੇ ਦੀ ਹਾਈਟ ਸੀਗੀ, ਕਾਫੀ ਤਗੜਾ ਬੰਦਾ ਸੀਗਾ। ਇਹ ਗੱਲ ਇੱਦਾਂ ਹੁੰਦੀ ਆ ਵੀ ਇਹ ਬੰਦਾ ਜਾਂਦਾ ਸਟੋਰ 'ਤੇ, ਉੱਥੋਂ ਕੁਛ ਲੈਂਦਾ ਅਤੇ ਇਹ $20 ਪੇ ਕਰਦਾ, ਹੈ ਨਾ। ਜਿਹੜੇ $20 ਆ ਜਿਹੜਾ ਉਹ ਹੁੰਦੇ ਨੇ, ਜਿਹੜਾ ਸਟੋਰ ਦਾ ਜਿਹੜਾ ਬੰਦਾ ਉਹ ਕਹਿੰਦਾ ਵੀ ਇਹ ਜਿਹੜੀ ਤੇਰੀ ਕਰੰਸੀ ਹੈ ਸਹੀ ਨਹੀਂ ਹੈਗੀ, ਵੀ ਇਹ ਨਕਲੀ ਆ, ਹੈ ਨਾ, ਨੋਟ। ਤਾਂ ਫਿਰ ਉਹ ਕੀ ਕਹਿੰਦਾ ਵੀ ਨਕਲੀ ਆ, ਤਾਂ ਇਹਦੇ ਨਾਲ ਕੀ ਸੀਨ ਹੁੰਦਾ, ਉਹ ਪੁਲਿਸ ਨੂੰ ਬੁਲਾ ਲੈਂਦਾ। ਪੁਲਿਸ ਵਾਲੇ ਚਲੋ ਆਉਂਦੇ ਆ, ਇਹਨੂੰ ਆ ਕੇ ਪੁੱਛ ਫੜਦੇ ਆ, ਇਹਨੂੰ ਕਹਿੰਦੇ ਵੀ ਇਹ ਤੂੰ ਨਕਲੀ ਨੋਟ ਦਿੱਤਾ। ਫਿਰ ਉਹ ਕਹਿੰਦਾ ਵੀ ਮੈਨੂੰ ਪਤਾ ਨਹੀਂ ਸੀ ਵੀ ਇਹ ਜਿਹੜਾ ਨੋਟ ਆ ਵੀ ਨਕਲੀ ਆ, ਹੈ ਨਾ। ਤਾਂ ਪੁਲਿਸ ਵਾਲੇ ਚਲੋ ਥੋੜ੍ਹਾ ਜਿਹਾ ਪੁਲਿਸ ਨਾਲ ਤਕਰਾਰ ਹੋ ਜਾਂਦਾ, ਜਿੱਦਾਂ ਪੁਲਿਸ ਵਾਲਿਆਂ ਨੇ ਦੱਸਿਆ ਵੀ, ਅਤੇ ਪੁਲਿਸ ਵਾਲੇ ਇਹਨੂੰ 3 ਜਣੇ ਬੰਦੇ ਫੜ ਲੈਂਦੇ ਆ, ਅਤੇ 1 ਬੰਦਾ ਉਹਦੀ ਗਰਦਨ 'ਤੇ ਗੋਡਾ ਰੱਖ ਲੈਂਦਾ, 2 ਬੰਦੇ ਪਿੱਛੋਂ ਉਹਨੂੰ ਦੱਬ ਲੈਂਦੇ ਆ। ਅਤੇ ਉਹ ਜਿਹੜਾ ਬੰਦਾ ਕੋਲ, ਜਿਹੜੇ ਲੋਕ ਪਬਲਿਕ ਜਿਹੜੀ ਇਕੱਠੀ ਹੋ ਜਾਂਦੀ ਆ ਉੱਥੇ, ਲੋਕ ਵੀਡੀਓਜ਼ ਬਣਾਉਣ ਲੱਗ ਜਾਂਦੇ ਆ, ਉਹ ਬੰਦਾ ਕਹਿੰਦਾ ਵੀ ਮੈਨੂੰ ਸਾਹ ਨਹੀਂ ਆ ਰਿਹਾ ਹੈਗਾ, ਵੀ ਪਲੀਜ਼ ਮੈਨੂੰ ਛੱਡ ਦਿਉ, ਵੀ ਮੈਨੂੰ ਸਾਹ ਨਹੀਂ ਆ ਰਿਹਾ, ਜਾਂ ਮੈਨੂੰ ਪਾਣੀ ਪਿਲਾਓ। ਆ 2-3 ਵਾਰ ਉਹ 7-8 ਮਿੰਟ ਦੀ ਵੀਡੀਓ ਦੇ ਵਿੱਚ ਉਹ ਪੂਰਾ ਬੰਦਾ ਦਿਖ ਰਿਹਾ ਵੀ ਉਹ ਪੂਰੀਆਂ ਮਿਹਨਤਾਂ ਕਰਦਾ ਪੁਲਿਸ ਵਾਲਿਆਂ ਦੀ, ਵੀ ਮੈਨੂੰ ਸਾਹ ਨਹੀਂ ਆ ਰਿਹਾ। ਪੁਲਿਸ ਵਾਲੇ ਫਿਰ ਵੀ ਨਹੀਂ ਉਹਦੀ ਕੋਈ ਗੱਲ ਨਹੀਂ ਸੁਣਦਾ, ਜਿਹੜੇ ਗੋਰੇ ਉਹ ਹੁੰਦੇ ਨੇ। ਤਾਂ ਉਹਦੇ ਨਾਲ ਕੀ ਆ, ਉਹ 7-8 ਮਿੰਟ ਬਾਅਦ ਬੰਦਾ ਜਿਹੜਾ ਬੇਹੋਸ਼ ਹੋ ਜਾਂਦਾ। ਫਿਰ ਉਹ ਐਂਬੂਲੈਂਸ ਬੁਲਾਉਂਦੇ ਆ, ਤਾਂ ਜਦੋਂ ਦੇਖਦੇ ਆ ਵੀ ਉਹ ਬੰਦਾ ਹੋਸਪਿਟਲ ਤੱਕ ਉਹਦੀ ਡੈਥ ਹੋ ਜਾਂਦੀ ਆ। ਅਤੇ ਜਿਹੜੇ ਕਾਲੇ ਮੂਲ ਦੇ ਲੋਕ ਆ ਫਿਰ ਭੜਕ ਜਾਂਦੇ ਆ ਵੀ ਹੈ ਵੀ ਇਹ ਤਾਂ ਧੱਕਾ ਇਸ਼, ਕਿਉਂਕਿ ਇਹ ਚੀਜ਼ ਤਾਂ ਸਾਹਮਣੇ ਜ਼ਿਆਦਾ ਆਈ ਹੈ ਕਿਉਂਕਿ ਇਹਦੀ ਵੀਡੀਓ ਵਾਇਰਲ ਹੋ ਗਈ। ਵੀਡੀਓ ਵਾਇਰਲ ਹੋਈ ਵੀ ਲੋਕਾਂ ਨੂੰ, ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਦੇ ਵਿੱਚ ਪੁਲਿਸ ਗਲਤ ਆ, ਹੈ ਨਾ, ਪੁਲਿਸ ਨੇ ਫੜਿਆ ਹੋਇਆ ਇੱਦਾਂ। ਤਾਂ ਜਿਹੜੀ ਪੁਲਿਸ 'ਤੇ ਉਹ ਫਿਰ ਲੋਕ ਵਿਰੋਧ ਕਰਦੇ ਆ, ਤਾਂ 4 ਪੁਲਿਸ ਵਾਲਿਆਂ ਨੂੰ ਇਹ ਸਸਪੈਂਡ ਕਰ ਦਿੰਦੇ, ਹੈ ਨਾ, ਅਤੇ ਇਹ ਜਿਹੜਾ ਉਹਦਾ ਬੰਦਾ, ਜਿਹੜਾ ਬੰਦਾ ਮੇਨ ਸੀਗਾ, ਉਹਨੂੰ ਫੜ ਵੀ ਲੈਂਦੇ ਆ ਅਤੇ ਉਹਦੇ ਪਰ ਕੇਸ ਵੀ ਚਲਾਉਂਦੇ ਆ। ਬਟ ਫਿਰ ਵੀ ਲੋਕਾਂ ਨੂੰ, ਹੈ ਨਾ, ਜਿਹੜਾ ਮਤਲਬ ਟਰੱਸਟ ਜਿਹਾ ਨਹੀਂ ਹੁੰਦਾ, ਅਤੇ ਲੋਕ ਇੰਨੇ ਵੱਡੇ ਪੱਧਰ 'ਤੇ ਪ੍ਰੋਟੈਸਟ ਕਰਦੇ ਨੇ। ਮੈਂ ਕਹਿੰਦਾ ਘੱਟੋ ਘੱਟ 25-30 ਸਟੇਟਾਂ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ, ਕਈ ਜਗ੍ਹਾ ਕਰਫਿਊ ਵੀ ਲਾਇਆ, ਨੈਸ਼ਨਲ ਗਾਰਡ ਬੁਲਾਏ ਇਹਨਾਂ ਨੇ। ਠੀਕ ਆ, ਉਹ ਤੋਂ ਬਾਅਦ ਕੀ ਹੁੰਦਾ ਵੀ ਜਿਹੜਾ ਇੰਨੇ ਪ੍ਰੋਟੈਸਟ ਲੋਕਾਂ ਨੇ, ਜਿਹੜਾ ਪ੍ਰੋਟੈਸਟ, ਠੀਕ ਆ, ਤੁਸੀਂ ਸ਼ਾਂਤੀ ਦੇ ਨਾਲ ਕਰੋ, ਇਹਨਾਂ ਨੇ ਲੁੱਟਾਂ ਖੋਹਾਂ ਸ਼ੁਰੂ ਕਰਤੀਆਂ, ਸਟੋਰ ਲੁੱਟ ਲਏ, ਬਹੁਤ ਸਾਰੀਆਂ ਸਟੋਰਾਂ ਦੀਆਂ ਵੀਡੀਓ ਆ ਰਹੀਆਂ ਨੇ, ਕਈ ਰੈਸਟੋਰੈਂਟਸ ਨੂੰ ਅੱਗ ਲਾ ਦਿੱਤੀ, ਪੁਲਿਸ ਦੀਆਂ ਗੱਡੀਆਂ ਫੂਕਤੀਆਂ, ਆ ਨਿਊਯਾਰਕ ਦੇ ਵਿੱਚ ਵੀ ਜਿਹੜਾ ਪ੍ਰਦਰਸ਼ਨ ਕੀਤਾ, ਮਤਲਬ ਸਾਰੇ ਕਿਤੇ ਪ੍ਰਦਰਸ਼ਨ ਜਿਹੜੇ ਕੀਤੇ ਗਏ ਨੇ। ਜਿਹੜੇ ਕਈ ਇੱਕ ਟ੍ਰੇਲਰ ਜਾਂਦਾ ਸੀ, ਟ੍ਰੇਲਰ ਫਸ ਜਾਂਦਾ ਇਹਨਾਂ ਦੇ ਵਿੱਚ, ਲੋਕ ਇਕੱਠੇ ਹੋ ਜਾਂਦੇ, ਟ੍ਰੇਲਰ ਨੂੰ ਟਰੱਕਾਂ ਨੂੰ ਘੇਰ ਰਹੇ ਨੇ, ਅਤੇ ਹਾਈਵੇ 'ਤੇ ਫਿਰ ਇਹ ਨੈਸ਼ਨਲ ਗਾਰਡ ਬੁਲਾਉਂਦੇ ਨੇ ਜਾਂ ਕਰਫਿਊ ਲਾ ਦਿੰਦੇ ਨੇ। ਤਾਂ ਕਾਫੀ ਵੱਡੇ ਪੱਧਰ 'ਤੇ ਜਿਹੜੀ ਇਹ ਚੀਜ਼ ਜਿਹੜੀ ਸਾਹਮਣੇ ਹੋਈ ਹੈ, ਮੈਨੇਸੋਟਾ ਦੇ ਵਿੱਚ, ਜਿਹੜਾ ਮਿਲਨੋਸ ਦੀ ਸਿਟੀ, ਇਹਦੇ ਵਿੱਚ ਹੋਈ ਹੈ ਜਿਹੜੀ ਚੀਜ਼, ਅਤੇ ਮੰਦਭਾਗੀ ਘਟਨਾ ਹੈ। ਦੂਜੇ ਪਾਸੇ ਜਿਹੜੇ ਹਜ਼ਾਰਾਂ ਦੇ ਵਿੱਚ ਲੋਕ ਪ੍ਰੋਟੈਸਟ ਕਰਦੇ ਨੇ, ਹੁਣ COVID-19 ਜਿਹੜਾ ਸਭ ਤੋਂ ਪਹਿਲਾਂ ਜ਼ਿਆਦਾ ਅਮੈਰੀਕਾ ਦੇ ਵਿੱਚ ਆ, ਅਤੇ ਇਹਦੇ ਨਾਲ ਕੀ ਹੈ, ਜਿਹੜੇ ਮਾਹਰਾਂ ਨੂੰ ਹੋਰ ਜਿਹੜੀ ਚਿੰਤਾ ਜਿਤਾਈ ਹੈ ਵੀ ਜਿਹੜੇ ਇੰਨੇ ਲੋਕ ਇਕੱਠੇ ਹੋ ਰਹੇ ਨੇ, ਤਾਂ ਜਿਹੜੀ ਇਹ ਜਿਹੜੀ ਲਹਿਰ ਆ ਹੋਰ ਤੇਜ਼ ਜਿਹੜੀ ਹੋ ਸਕਦੀ ਆ। ਅਤੇ ਇਹ ਜਿਹੜੀ ਮੈਂ ਚੀਜ਼ ਦੱਸਣਾ ਚਾਹੁੰਦਾ ਸੀ ਵੀ ਜੇਕਰ ਕੋਈ ਹਾਈਵੇ 'ਤੇ ਚੱਲਦਾ ਤਾਂ ਪਲੀਜ਼ ਇੱਦਾਂ ਦੀਆਂ ਜਿਹੜੇ ਕਿਤੇ ਪ੍ਰੋਟੈਸਟ ਹੋ ਰਹੇ ਆ ਤਾਂ ਆਪਣਾ ਬੀ ਸੇਫ ਜਿਹੜਾ ਚੱਲੋ। ਠੀਕ ਹੈ, ਅਤੇ ਥੋੜ੍ਹੀ ਇਹਦੇ ਬਾਰੇ ਮੈਂ ਥੋੜ੍ਹੀ ਜਿਹੀ ਗੱਲਬਾਤ ਕਰਨਾ ਚਾਹੁੰਦਾ ਸੀਗਾ। ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰੇ।